ਉਹ ਪਹਿਲਾਂ ਜਿਹੜੇ ਪਹਿਲਾਂ ਵਾਲੇ ਹੁਕਮਰਾਨ ਸੀ ਉਹ ਇੱਧਰ ਉੱਧਰ ਵਰਤ ਕੇ ਨਾ, ਸੋ ਫਾਈਨੈਂਸ਼ੀਅਲ ਡਿਸਆਰਡਰ ਨਹੀਂ ਹੋਊਗਾ। ਸੈਂਟਰ ਕੋਲ ਜਿੰਨਾ ਪੈਸਾ ਵਰਤਿਆ ਜਾਊਗਾ। ਕਈ ਕਈ ਸਕੀਮਾਂ 'ਚ 80-20 ਵੀ ਹੈ, 80 ਸੈਂਟਰ ਦਿੰਦਾ 20 ਅਸੀਂ ਦੇਣਾ, ਕਈ 70-30 ਵੀ ਹੈ, ਅਸੀਂ ਆਪਣੇ 20 ਜਾਂ 30 ਕਰਕੇ ਉਹ 80 ਵਾਪਸ ਨਹੀਂ ਕਰਨਾ, ਅਸੀਂ ਸੈਂਟਰ ਦਾ ਪੈਸਾ ਯੂਜ ਕਰਾਂ। ਪ੍ਰੋਕਿਓਰਮੈਂਟ ਬਹੁਤ ਵਧੀਆ ਚੱਲ ਰਹੀ ਹੈ, MSP ਤੋਂ ਉੱਪਰ ਫਸਲ ਖਰੀਦੀ ਜਾ ਰਹੀ ਹੈ, ਕੋਈ ਟਰਾਂਸਪੋਰਟੇਸ਼ਨ ਦੀ ਜਾਂ ਕੋਈ ਬਾਹਰਦਾਨੇ ਦੀ ਕੋਈ ਕਮੀ ਨਹੀਂ ਆ ਰਹੀ। ਕਾਰਨ ਕੀ ਹੈ? ਕਾਰਨ ਇਹ ਹੈ, ਪਹਿਲਾਂ ਇੱਕ ਮਹਿਲਾ ਵਾਲਾ ਰਾਜਾ ਖੇਤੀਬਾੜੀ ਮੰਤਰੀ ਸੀ ਜਿਹਨੂੰ ਖੇਤੀਬਾੜੀ ਬਾਰੇ ਪਤਾ ਹੀ ਕੱਖ ਨਹੀਂ। ਹੁਣ ਇੱਕ 20 ਫੁੱਟ ਡੂੰਘੇ ਟੋਇਆਂ 'ਚੋਂ ਨਿਕਲਿਆ ਹੋਇਆ ਪੱਖਿਆਂ ਦੀਆਂ ਜੈਨ ਡੋਰੀਆਂ ਬਦਲਣ ਵਾਲਾ ਬੰਦਾ ਜਿਹੜਾ ਉਹ ਖੇਤੀਬਾੜੀ ਮੰਤਰੀ ਹੈ। ਪਰਾਲੀ ਦਾ ਵੀ ਹੱਲ ਕਰਾਂਗੇ, ਝੋਨੇ ਦਾ ਵੀ ਹੱਲ ਕਰਾਂਗੇ, ਬੜਾ ਕੁਛ ਪਿਆ। ਸਰਕਾਰਾਂ ਕੋਲ ਪੈਸੇ ਦੀ ਕਦੇ ਕਮੀ ਨਹੀਂ ਹੁੰਦੀ, ਨੀਅਤ ਦੀ ਕਮੀ ਹੁੰਦੀ ਹੈ। ਨੀਅਤ ਸਾਡੀ ਸਾਫ਼ ਹੈ, ਸਭ ਕੁਝ ਠੀਕ ਹੋ ਜਾਵੇ। ਤੁਹਾਡਾ ਕੋਈ ਸਵਾਲ? ਬੜੀ ਜਲਦੀ ਤੁਸੀਂ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਹਾਈ ਕੋਰਟ ਜਾਂ ਸੈਸ਼ਨ ਕੋਰਟ 'ਚ ਇਹ ਅਰਜ਼ੀ ਪਾਉਂਦੇ ਦੇਖੋਗੇ ਕਿ ਜੀ ਮੈਨੂੰ VIP ਸੈੱਲ ਦਿੱਤਾ ਜਾਵੇ, ਮੈਨੂੰ ਨੋਰਮਲ 'ਚ ਕਿਉਂ ਕਰਦਾ? ਗਰੰਟੀਆਂ ਪੂਰੀਆਂ ਹੋਣ ਲੱਗੀ। ਅੱਜ ਹੀ ਅੰਬ ਦੀ ਗੁਠਲੀ ਬੀਜੀ ਹੈ ਅਤੇ ਅੱਜ ਹੀ ਕਹਿੰਦੇ ਹੋ ਅੰਬ ਕਿਉਂ ਨਹੀਂ ਲੱਗਿਆ? ਟਾਈਮ ਤਾਂ ਦਿਓ, ਥੋੜ੍ਹਾ ਜਿਹਾ ਤਾਂ ਟਾਈਮ ਦਿਓ। ਗਰੰਟੀਆਂ ਪੂਰੀਆਂ ਕਰਾਂਗੇ, ਇੱਕ ਵੀ ਗਰੰਟੀ ਐਸੀ ਨਹੀਂ ਹੋਊਗੀ ਜਿਹੜੀ ਪੂਰੀ ਨਾ ਹੋ। ਉਹਨਾਂ ਨੂੰ ਕਰੇ ਜਾਣਗੇ, ਉਹਨਾਂ ਦੀਆਂ ਉਹ ਕਹਿੰਦੇ ਆ ਨਾ, ਕਬੀਰਾ ਤੇਰੀ ਚੋਪੜੀ ਗੱਲ ਕੱਟੀ ਐਨ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭੈ ਉਦਾਸ। ਇੱਕ ਵੀ ਫੋਰਚੂਨਰ ਗੱਡੀ ਦੀ ਕੋਈ ਦਿਖਾ ਦੇਣਾ ਕਿ ਅਸੀਂ ਖਰੀਦਣੀ ਹੈ, ਕਿ ਮੈਂ ਨੋਟਿਸ ਦਿੱਤਾ ਕਿ ਨਵੀਆਂ ਗੱਡੀਆਂ ਖਰੀਦੋ। ਪ੍ਰਗਟ ਸਿੰਘ ਜੀ ਹੋਰਾਂ ਨੂੰ ਮੈਂ ਬਹੁਤ ਖੁਸ਼ਖਬਰੀ ਦੇ ਦੇਣਾ ਕਿ ਜਿਹੜੀਆਂ ਉਹਨਾਂ ਕੋਲ ਨੇ ਅਸੀਂ ਉਹ ਵਾਪਸ ਲਵਾਂਗੇ। ਇਹ ਤਾਂ ਮੇਰੇ ਖਿਆਲ 'ਚ ਕੋਈ ਹੋਰ ਨਹੀਂ ਗਾ ਕਿ ਮੈਂ ਅੰਮ੍ਰਿਤਸਰ ਜਾਂਦਾ, ਮੈਂ ਦਰਬਾਰ ਸਾਹਿਬ ਵੀ ਜਾਂਦਾ, ਮੈਂ ਜਲਿਆਂਵਾਲਾ ਬਾਗ ਵੀ ਜਾਂਦਾ, ਇਹਨਾਂ ਕੋਲ ਬਸ ਇਹੀ ਗੱਲ ਰਹਿ ਗਈ। ਇਹ ਤਾਂ ਕੋਈ ਐਕਸਕਿਊਜ਼ ਜਾਂ ਕੋਈ ਕਰਟੇਰੀਆ ਨਹੀਂ। ਅੱਜ ਵੀ ਮੈਂ ਅੰਮ੍ਰਿਤਸਰ ਜਾਊਂਗਾ, ਚੀਫ ਜਸਟਿਸ ਆਫ ਇੰਡੀਆ ਆਏ ਹੋਏ ਨੇ, ਕੱਲ੍ਹ ਵੀ ਮੈਂ ਗਿਆ ਸੀ, ਅੱਜ ਮੈਂ ਉਹਨਾਂ ਨੂੰ CF ਕਰੂੰਗਾ। ਇਹ ਥੋੜ੍ਹੀ ਹੈ ਕਿ ਮੈਂ ਉੱਥੇ ਕਿਉਂ ਨਹੀਂ ਗਿਆ, ਮੈਂ ਇੱਥੇ ਕਿਉਂ ਜਾਂਦਾ, ਮੈਂ ਇੱਥੇ ਕਿਉਂ ਨਹੀਂ ਜਾਂਦਾ। ਕਦੇ ਕਹਿੰਦੇ ਨੇ ਮੈਂ ਦਿੱਲੀ ਕਿਉਂ ਨਹੀਂ ਜਾਂਦਾ, ਕਦੇ ਕਹਿੰਦੇ ਨੇ ਮੈਂ ਗੁਜਰਾਤ ਕਿਉਂ ਗਿਆ, ਕਦੇ ਕਹਿੰਦੇ ਨੇ ਹਿਮਾਚਲ ਕਿਉਂ ਗਿਆ।
ਜੀ ਉਹ ਮੈਂ ਹੀ ਭੇਜੇ ਸੀ ਜੀ ਅਫਸਰ। ਹਾਂ ਟ੍ਰੇਨਿੰਗ ਵਾਸਤੇ ਅਫਸਰ ਗੁਜਰਾਤ ਜਾਂਦੇ ਰਹੇ ਆ, ਉਹੀ ਅਫਸਰ ਟ੍ਰੇਨਿੰਗ ਵਾਸਤੇ ਉਹ ਤਮਿਲਨਾਡੂ ਜਾਂਦੇ ਰਹੇ ਆ, ਟ੍ਰੇਨਿੰਗ ਵਾਸਤੇ ਇਜ਼ਰਾਈਲ ਭੇਜਣਾ ਪੈ ਜੇ ਪੰਜਾਬ ਦੀ ਬਿਹਤਰੀ ਵਾਸਤੇ ਮੈਂ ਭੇਜ ਦੂੰਗਾ। ਕੌਣ ਕਹਿੰਦਾ ਸਾਈਡਲਾਈਨ ਕੌਣ ਐਵਰੀਬਡੀ? ਕੈਪਟਨ ਅਮਰਿੰਦਰ ਇਜ਼ ਐਵਰੀਬਡੀ। ਆਪੋਜੀਸ਼ਨ ਕੌਣ? ਆਪੋਜੀਸ਼ਨ ਹੈ ਕਿੱਥੇ? ਆਪੋਜੀਸ਼ਨ ਦੋ ਦੋ ਤਿੰਨ ਤਿੰਨ ਸੌ ਦੇ ਜਿੱਤੇ ਨੇ ਤੇ 17-18 ਨੇ ਤੇ ਬਸ ਨੂੰ ਜੇ ਕ੍ਰਿਟੀਸਿਜ਼ਮ ਵਾਸਤੇ ਕ੍ਰਿਟੀਸਿਜ਼ਮ ਨਾ ਕਰੋ, ਲੋਕ ਆਪ ਹੀ ਜਵਾਬ ਦੇ ਦੇਣਗੇ। ਮੈਂ ਆਉਣ ਵਾਲੇ ਦਿਨਾਂ 'ਚ ਵੀ ਆਪਣੇ ਅਫਸਰਾਂ ਨੂੰ ਦਿੱਲੀ ਭੇਜੂੰਗਾ, ਗੁਜਰਾਤ ਭੇਜੂੰਗਾ, ਆਂਧਰਾ ਭੇਜੂੰਗਾ, ਤਮਿਲਨਾਡੂ ਭੇਜੂੰਗਾ। ਸਟਾਲਿਨ ਆਏ ਸੀਗੇ ਸਕੂਲ ਦੇਖ ਕੇ ਗਿਆ ਸਟਾਲਿਨ। ਇੱਕ ਮਿੰਟ ਲੈਟ ਮੀ ਫਿਨਿਸ਼। ਟਰੰਪ ਦੀ ਵਾਈਫ ਸਕੂਲ ਦੇਖ ਕੇ ਗਈ ਸੀ, ਉਦੋਂ ਕਿਉਂ ਨਹੀਂ ਕਾਂਗਰਸ ਨੇ ਕਿਹਾ ਕਿ ਟਰੰਪ ਕਿਉਂ ਨਹੀਂ ਸੀ ਨਾਲ, ਇਕੱਲੀ ਕਿਉਂ ਆ ਗਈ ਫਿਰ ਉਹ ਦੇਖ ਲਓ। ਹੱਥ ਹੈ ਚੰਗੀਆਂ ਚੀਜ਼ਾਂ ਦੇਖਣ ਵਾਸਤੇ ਜਿੱਥੇ ਮਰਜ਼ੀ ਚਲੇ ਜਾਓ। 16 ਤਰੀਕ ਨੂੰ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਮਿਲ ਜੂਗੀ ਤੇ ਨਾਲੇ ਜਵਾਬ ਮਿਲ ਜੂਗਾ। ਤੁਸੀਂ ਕਹੋਗੇ ਹਾਂ ਭੇਜਿਆ ਕਰੋ, ਜਿਹੜੀ ਜਿਹੜੀ ਚੀਜ਼ ਲਈ ਸਪੈਸ਼ਲਿਸਟ ਨੇ ਉਹ ਐਜੂਕੇਸ਼ਨ ਲਈ, ਬਿਜਲੀ ਲਈ, ਹੈਲਥ ਲਈ, ਤਾਂ ਕਿਉਂ ਨਹੀਂ ਜਾਣਾ ਚਾਹੀਦਾ? ਮੈਨੂੰ ਉੱਥੋਂ ਦੇ ਅਫਸਰ ਸੀਗੇ, ਮੈਂ ਅਲਾਓ ਕੀਤਾ ਸੀ। ਕਿਉਂ ਮੈਨੂੰ ਕੋਈ ਸਾਈਡਲਾਈਨ? ਮੈਂ ਕੌਣ ਸਾਈਡਲਾਈਨ ਕਰ ਰਿਹਾ? ਮੈਂ ਫੈਸਲੇ ਲੈ ਰਿਹਾ ਸਾਰੇ। ਸੋ ਕੋਈ ਇੱਦਾਂ ਦੀ ਗੱਲ ਨਹੀਂ, ਚੰਗੀ ਚੀਜ਼ ਸਿੱਖਣ ਲਈ ਮੈਨੂੰ ਕਿਸੇ, ਮੈਨੂੰ ਬੰਗਾਲ ਦੇ ਵਿੱਚ ਕੋਈ ਚੀਜ਼ ਚੰਗੀ ਲੱਗੀ ਤਾਂ ਮੈਂ ਆਪਣੇ ਅਫਸਰ ਨੂੰ ਬੰਗਾਲ ਭੇਜ ਦੂੰਗਾ, ਮੈਨੂੰ ਗੁਜਰਾਤ ਚੰਗੀ ਲੱਗੀ ਗੁਜਰਾਤ ਭੇਜ ਦੂੰਗਾ। ਨਹੀਂ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ। ਖਹਿਰਾ ਸਾਹਿਬ ਨੇ ਉਠਾਇਆ ਸਵਾਲ ਕਿ ਹੁਣ ਜਿਹੜਾ ਐਲ ਓ ਪੀ ਲਾਇਆ ਅਤੇ ਪ੍ਰਧਾਨ ਲਾਇਆ ਭਲਾ ਤੋਂ ਲਾਇਆ,